ਗੁਰਪ੍ਰੀਤ ਸਿੰਘ ਜੀ। ਕਿਹੜੇ ਪਿੰਡ ਤੋਂ ਜੀ? ਇਹੀ ਪਿੰਡ ਤੋਂ ਜੀ, ਇਸ ਪਿੰਡ ਦੇ ਵਾਸੀ ਆ। ਕੀ ਨਾਮ ਆ ਪਿੰਡ ਦਾ ਜੀ? ਈਸੇਵਾਲ ਜੀ। ਸਰ ਦੱਸਿਆ ਜਾਵੇ ਪਿੰਡ ਦਾ ਕਿੰਨਾ ਕੁ ਵਿਕਾਸ ਹੋਇਆ? ਪਿੰਡ ਦਾ ਵਿਕਾਸ ਤਾਂ ਠੀਕ ਆ ਜੀ, ਮੇਨ ਪ੍ਰੋਬਲਮ ਇਹ ਆ ਜੀ ਵੀ ਆਹ ਆਪਣੇ ਬਹੀ ਹੈ ਨਹੀਂ, ਕੋਈ ਮੁੱਲਾਪੁਰ ਨੂੰ ਜਾਣ ਤੋਂ ਸਾਧਨ ਹੈ ਨਹੀਂ, ਪਿੰਡ ਉਹ ਚੀਜ਼ ਤੋਂ ਵਾਂਝਾ। ਬਾਕੀ ਤਾਂ ਜਿਵੇਂ ਸਾਡੇ MP ਸਾਹਿਬ ਇਹਨਾਂ ਨੇ ਸਮਾਰਟ ਸਕੂਲ ਬਣਵਾਇਆ, ਸਕੂਲ ਨੂੰ 16 ਲੱਖ ਰੁਪਏ ਪਿੱਛੇ ਇਹ ਦੇ ਕੇ ਗਿਆ, ਉਦੋਂ ਪਹਿਲਾਂ ਵੀ ਦਿੱਤੇ ਆ ਪੈਸੇ ਆਪਦੇ ਕੋਟੇ 'ਚੋਂ, ਸਕੂਲ ਦਾ ਬਹੁਤ ਕੰਮ ਕੀਤਾ। ਕਹਿੰਦੇ ਨੇ ਕਿ ਪਿੰਡ ਮੈਂ ਗੋਦ ਨਹੀਂ ਲਿਆ ਸੀ, ਮੇਰੇ ਲਈ ਸਾਰੇ ਪਿੰਡ ਇੱਕੋ ਜਿਹੇ ਆ, ਹੁਣ ਕਿੱਦਾਂ ਦੇਖਦੇ ਹੋ ਕਿ ਤੁਹਾਨੂੰ? ਉਹ ਵੀ ਦੇ ਕੇ ਗਏ ਉਹ ਪਿੱਛੇ ਜੇ 10 ਲੱਖ ਰੁਪਈਆ ਦੇ ਗਿਆ ਸਾਡੇ ਬਲਾਕ ਪ੍ਰਧਾਨ ਮਨਪ੍ਰੀਤ ਸਿੰਘ ਨੂੰ ਵੀ ਕਿਤੇ ਵੀ ਲਾ ਸਕਦੇ ਹੋ, ਅਸੀਂ ਸਕੂਲ 'ਚ ਹੀ ਸੀਗੇ ਆਏ ਸੀਗੇ। ਕੀ ਉਮੀਦਾਂ ਨੇ ਕੈਂਡੀਡੇਟ ਕੋਲੋਂ ਤੁਹਾਨੂੰ? ਵਧੀਆ ਠੀਕ ਆ ਜੀ। ਹਾਂਜੀ ਵੀ ਐਤਕੀ ਵਾਰ ਟਿਕਟ ਮਿਲਣ 'ਤੇ ਕੀ ਉਮੀਦ ਆ? ਵਧੀਆ ਜੀ ਠੀਕ ਆ। ਜਿੰਨਾ ਕੀ ਨਾਮ ਆ ਭਾਈ ਤੁਹਾਡਾ? ਜਸਵਿੰਦਰ ਸਿੰਘ। ਕਿਹੜੇ ਪਿੰਡ ਰਹਿੰਦੇ? ਅਸੀਂ ਇੱਥੇ ਸੇਵਾਲ ਦੇ ਰਹਿਣ ਵਾਲੇ। ਭਾਅ ਜੀ ਪਿੰਡ ਦਾ ਕਿੰਨਾ ਕੁ ਵਿਕਾਸ ਹੋਇਆ ਦੇਖਿਆ ਜਾਵੇ? ਪਰ ਵਿਕਾਸ ਤਾਂ ਸਾਨੂੰ ਕੁਝ ਨਹੀਂ ਲੱਗਦਾ ਵੀ ਸਾਡੇ ਪਿੰਡ ਦਾ ਵਿਕਾਸ ਹੋਊਗਾ ਜਾਂ ਹੋਇਆ ਵਾ, ਸਾਡੇ ਤਾਂ ਸਾਹਮਣੇ ਦੇਖ ਲਓ ਕੈਮਰਾ ਕੁਛ ਵੀ ਨਹੀਂ ਹੈਗਾ। ਕੀ ਰੀਜ਼ਨ ਆ ਵਿਕਾਸ ਕਿਉਂ ਨਹੀਂ ਹੋ ਪਾਇਆ? ਕਿਉਂਕਿ ਪਹਿਲਾਂ ਵੀ ਅਕਾਲੀ ਦਲ ਦੀ ਸਰਕਾਰ ਰਹੀ ਹੈ, ਹੁਣ MP ਰਵਨੀਤ ਬਿੱਟੂ ਵੱਲੋਂ ਪਿੰਡ ਨੂੰ ਗੋਦ ਵੀ ਲਿਆ ਹੋਇਆ ਸੀਗਾ। ਇਹ ਤਾਂ ਹੁਣ ਆਪਾਂ ਕਹਿ ਨਹੀਂ ਸਕਦੇ ਪਾਰਟੀਆਂ ਕਹਿ ਸਕਦੀਆਂ ਵੀ ਕੀ ਹੋਣਾ ਚਾਹੀਦਾ ਕੀ ਨਹੀਂ ਹੋਣਾ ਚਾਹੀਦਾ, ਪਰ ਸਾਨੂੰ ਤਾਂ ਇਹ ਆ ਸਾਡਾ ਵਿਕਾਸ ਹੋਣਾ ਚਾਹੀਦਾ ਪਿੰਡ ਦਾ। ਕੀ ਇਲੈਕਸ਼ਨ ਨੇੜੇ ਆ ਗਏ, ਕਿੱਦਾਂ ਦਾ ਕੈਂਡੀਡੇਟ ਤੁਸੀਂ ਦੇਖ ਰਹੇ? ਕੈਂਡੀਡੇਟ ਤਾਂ ਜਿਹੜਾ ਮਰਜ਼ੀ ਚੁਣ ਲਈਏ, ਪਰ ਸਾਨੂੰ ਆਸ ਤਾਂ ਉਹੀ ਹੁੰਦੀ ਹੈ ਵੀ ਉਹ ਕੈਂਡੀਡੇਟ ਕੰਮ ਕਰੂਗਾ, ਠੀਕ ਹੈ ਜੀ। ਜੇ ਕੰਮ ਨਹੀਂ ਕਰਦਾ ਸਾਨੂੰ ਉਸ ਕੈਂਡੀਡੇਟ ਦਾ ਫਾਇਦਾ ਤਾਂ ਹੈ ਨਹੀਂ। MP ਰਵਨੀਤ ਸਿੰਘ ਬਿੱਟੂ ਆ, ਉਹਦੇ ਵੱਲੋਂ ਤੁਹਾਡੇ ਨਾਲ ਜਿਹੜਾ ਵਾਅਦਾ ਕੀਤਾ ਗਿਆ ਸੀ ਪੂਰਾ ਹੋਇਆ? ਨਹੀਂ ਸਰ, ਕੁਛ ਮਾੜੇ ਮੋਟੇ ਕੰਮ ਹੋਏ ਆ, ਬਾਕੀ ਇੰਨਾ ਕੁਛ ਜ਼ਿਆਦਾ ਕੁਛ ਤਾਂ ਹੋਇਆ ਨਹੀਂ ਗਿਆ। ਹੁਣ ਕੀ ਉਮੀਦ ਹੈ ਜੀ? ਸਾਨੂੰ ਤਾਂ ਉਮੀਦ ਇਹੀ ਆ ਵੀ ਚਲੋ ਜਿਹੜਾ ਮਰਜ਼ੀ ਕੈਂਡੀਡੇਟ ਬਣੇ, ਸਾਡੇ ਪਿੰਡ ਦਾ ਵਿਕਾਸ ਹੋਣਾ ਚਾਹੀਦਾ। ਸਾਡਾ ਸ਼ਹੀਦਾਂ ਦਾ ਪਿੰਡ ਹੈ ਇਹ, ਨਾਮਵਰ ਪਿੰਡ ਆ, ਕਿਉਂਕਿ ਇਸ ਪਿੰਡ ਦੇ ਬਹੁਤ ਜ਼ਿਆਦਾ ਦੇਣ ਆ ਸਾਡੇ ਪਿੰਡ ਦਾ, ਕੁਛ ਨਾ ਕੁਛ ਕਰਨਾ ਚਾਹੀਦਾ ਇਹਨਾਂ ਨੂੰ। ਕੈਮਰਾ ਠੀਕ ਹੈ ਜੀ। ਸਰਪੰਚ ਨੇ ਹੁਣ ਨਹੀਂ ਗੇ ਸਰਪੰਚ, ਹੁਣ ਤਾਂ ਪੰਚਾਇਤ ਆ ਜਿਹੜੀ ਉਹ ਨਵੀਂ ਬਣ ਗਈ ਆ, ਅਤੇ ਉੱਥੇ ਬਹੁਤ ਵਧੀਆ ਕੰਮ ਹੋ ਰਿਹਾ। ਉੱਥੇ ਸਾਰੇ ਜਿਹੜੇ ਬਿਜਲੀ ਦੇ ਖੰਭੇ ਆ, ਮੀਟਰ ਨੇ, ਉਹ ਬਦਲੇ ਗਏ ਨੇ। ਆ ਮੈਂ 5 ਦਿਨ ਪਹਿਲਾਂ ਜਾ ਕੇ ਆਇਆ, ਸਕੂਲ ਦੇ ਕਮਰਿਆਂ ਦੇ ਉਦਘਾਟਨ ਹੋਇਆ, ਗੋਦ ਕੋਈ ਪਿੰਡ ਨਹੀਂ ਲਿਆ ਹੋਇਆ, ਸਾਰੇ ਪਿੰਡ ਇੱਕੋ ਜਿਹੇ ਆ ਮੇਰੇ ਲਈ, ਸਾਰੇ ਦੇ ਸਾਰੇ ਪਿੰਡ ਇੱਕੋ ਜਿਹੇ ਆ। ਕੋਈ ਗੋਦ ਲਿਆ ਪਿੰਡ ਜਿਹੜਾ ਉਹ ਪ੍ਰਧਾਨ ਮੰਤਰੀ ਜੀ ਨੇ ਗੋਦ ਲਿਆ ਸੀ, ਇਹਨਾਂ ਦੇ ਅਕਾਲੀ ਦਲ BJP ਦੇ ਜਿਹੜੇ ਪ੍ਰਧਾਨ ਮੰਤਰੀ ਨੇ ਨਾ, ਨਰਿੰਦਰ ਮੋਦੀ ਜੀ, ਉਹਨਾਂ ਨੇ ਇੱਕ ਇੱਕ ਪਿੰਡ ਹਰ ਵਿਧਾਨ ਸਭਾ ਹਰ ਲੋਕ ਸਭਾ 'ਚ ਗੋਦ ਲਿਆ ਸੀ। ਅਤੇ ਗੋਦ ਲੈਣ ਤੋਂ ਬਾਅਦ ਸੁੱਕੀ ਕੌੜੀ 50 ਆ ਜਿਹੜੀ, ਉਹ ਸੈਂਟਰ ਗੌਰਮੈਂਟ ਵੱਲੋਂ ਨਹੀਂ ਆਈ। MP ਲੈਣ ਦਾ ਜਿਹੜਾ ਪੈਸਾ ਹੈ ਉਹੀ ਉੱਥੇ ਸਿਰਫ ਰਹਿ ਗਿਆ। ਬੜੀਆਂ ਆਸਾਂ ਸੀ ਵੀ ਬੜਾ ਵੱਡਾ ਪੈਸਾ ਜਿਹੜਾ ਉਹ ਭੇਜਿਆ ਜਾਊਗਾ ਈਸੇਵਾਲ ਪਿੰਡ ਲਈ, ਪਰ ਕੋਈ ਵੀ ਪੈਸਾ ਜਿਹੜਾ ਇੱਕ ਵੀ ਸੈਂਟਰ ਗਵਰਨਮੈਂਟ ਵੱਲੋਂ 50 ਨਹੀਂ ਆਈ, ਇਹ ਤੁਸੀਂ ਔਨ ਰਿਕਾਰਡ ਦੇਖ ਸਕਦੇ ਹੋ। ਸਰ ਡਾਕਟਰ ਮਨਮੋਹਨ ਸਿੰਘ ਜੀ ਅੰਮ੍ਰਿਤਸਰ ਤੋਂ ਉਮੀਦਵਾਰ ਪਹਿਲਾਂ ਖੜਾਇਆ ਜਾ ਰਿਹਾ ਸੀਗਾ ਕਾਂਗਰਸ ਵੱਲੋਂ, ਪਰ ਉਹਨੇ ਖਰਾਬ ਸਿਹਤ ਅਤੇ ਆਪਣਾ ਵਡੇਰੀ ਉਮਰ ਹੋਣ ਦਾ ਹਵਾਲਾ ਦੇ ਕੇ ਮਨਾ ਕਰਤਾ ਹੈ। ਅਕਾਲੀ ਦਲ ਕਹਿ ਰਿਹਾ ਕਿ